ਕਾਂਗਰਸੀਆਂ ਤੇ ਅਕਾਲੀਆਂ ਦੀ ਲੜਾਈ 'ਚ ਇੱਕ ਬੱਚੇ ਸਮੇਤ ਦੋਵਾਂ ਧਿਰਾਂ ਦੇ 10 ਲੋਕ ਜ਼ਖਮੀ। ਜਲੰਧਰ ਦੇ ਸ਼ਾਹਕੋਟ ਅਧੀਨ ਆਉਂਦੇ ਪਿੰਡ ਬਾਂਬਣੀਆਂ ਵਿਖੇ ਕਾਂਗਰਸੀਆਂ ਤੇ ਅਕਾਲੀਆਂ ਦੀ ਹੋਈ ਲੜਾਈ ਵਿੱਚ ਇੱਕ ਬੱਚੇ ਸਮੇਤ ਦੋਵਾਂ ਧਿਰਾਂ ਦੇ 5-5 ਲੋਕ ਜ਼ਖਮੀ ਹੋ ਗਏ। ਇਸ ਸੰਬੰਧੀ ਜ਼ਖਮੀ ਬੱਚੇ ਨੇ ਦੱਸਿਆ ਕਿ ਉਹ ਗਲੀ ਵਿੱਚ ਖੇਡ ਰਹੇ ਸਨ ਕਿ ਜਦੋਂ ਕੁਝ ਹਥਿਆਰਬੰਦ ਲੋਕਾਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਮੈਡਮ ਗੁਰਸ਼ਾਨ, ਅਸੀਂ ਖੇਡਦੇ ਪਏ ਸੀ, ਉਹ 25-30 ਬੰਦੇ ਲੈ ਕੇ ਆ ਗਿਆ। ਉਹ ਹਨਾ ਉਹ ਲਲਕਾ ਉਹਨਾਂ ਦੇ ਹੱਥ 'ਚ ਕਿਰਪਾਨਾਂ ਡੰਡੇ ਫੜੇ ਹੋਏ ਸੀ ਅਤੇ ਨਾਲੇ ਢਾਲੇ, ਉਹ ਹਨਾ ਨਾਲੇ ਉਹਨਾਂ ਨੇ ਲਲਕਾਰੇ ਮਾਰੇ, ਨਾਲੇ ਉਹਨਾਂ ਨੇ ਗਾਲਾਂ ਕੱਢੀਆਂ ਹਨਾ, ਉਹ ਗਾਲਾਂ ਗੂਲਾਂ ਕੱਢੀਆਂ ਅਤੇ ਫਿਰ ਉਹਨਾਂ ਨੇ ਇੰਦਰਜੀਤ ਅਤੇ ਬੱਬੂ ਨਾਲ ਉਹਨਾਂ ਦੇ ਮਾਰੀਆਂ। ਮੇਰੇ ਮੈਨੂੰ ਪਤਾ ਨਹੀਂ, ਮੈਂ ਉਦੋਂ ਖੇਡਣ ਗਿਆ। ਇੱਕ ਸੁੱਖਾ ਸਾਥੀ ਸੀ, ਸੁੱਖੇ ਦਾ ਮੁੰਡਾ, ਭਜਨ ਸਰਪੰਚ, ਮੀਤਾ, ਕਾਂਟੀ, ਲਾਡੀ, ਗਿੰਦਾ, ਸਾਬਾ ਅਤੇ ਡੀਸੀ। ਇਸ ਸੰਬੰਧੀ ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਜ਼ਬਰਦਸਤੀ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਰਹੇ ਹਨ। ਅਕਾਲੀ ਵਰਕਰਾਂ ਅਨੁਸਾਰ ਉਹ ਬੈਠ ਕੇ ਆਪਣੀਆਂ ਗੱਲਾਂ ਕਰ ਰਹੇ ਸਨ ਜਦੋਂ 50 ਤੋਂ ਵੀ ਵੱਧ ਹਮਲਾਵਰਾਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਅਸੀਂ ਮੈਂ ਤੇ ਬਜਨਲਾਲ ਸਾਬਕਾ ਸਰਪੰਚ ਉੱਥੇ ਚੌਂਕ ਦੇ ਵਿੱਚ ਮਲਕੀਤ ਸਿੰਘ ਲੰਬੜਦਾਰ ਆ, ਉਹਦਾ ਘਰ ਆ ਆਪਦਾ, ਉਹਦੇ ਘਰ ਦੇ ਬਿਲਕੁਲ ਗੇਟ ਦੇ ਕੋਲ ਕੁਰਸੀਆਂ ਡਾ ਕੇ ਬੈਠੇ ਸੀਗੇ। ਆਪਦੀਆਂ ਘਰੇਲੂ ਗੱਲਾਂ ਕਰਦੇ ਸੀ, ਕੋਈ ਇੱਦਾਂ ਦੀ ਗੱਲ ਹੈ ਨਹੀਂ ਸੀ। ਕਿਉਂਕਿ ਦੂਜੀ ਗੱਲ ਹੈ ਵੀ ਉਹ 2 ਵਾਰੀ ਸਰਪੰਚ ਬਣੇ ਆ, ਮਲਕੀਤ ਸਿੰਘ ਲੰਬੜਦਾਰ ਆ, ਮੈਂ ਸੈਕਟਰੀ ਹਾਂ, 5 ਪਿੰਡਾਂ ਦਾ ਮੈਂ ਸੈਕਟਰੀ ਹਾਂ। ਅਸੀਂ ਕੋਈ ਇੱਦਾਂ ਦੇ ਤਾਂ ਹੈ ਨਹੀਂ ਸੀ ਵੀ ਜਿਹੜੇ ਗਲਤ ਕੋਈ ਗੱਲ ਕਰਦੇ ਆ। ਆਪਦੀ ਘਰੇਲੂ ਗੱਲਾਂ ਕਰਦੇ ਸੀਗੇ ਅਤੇ ਉੱਧਰੋਂ ਹਰਜਿੰਦਰ ਸਿੰਘ ਜਿਹੜਾ ਵਾ ਉਹਦੇ ਘਰ ਬੰਦੇ ਕਿਤੇ ਇਕੱਠੇ ਹੁੰਦੇ, ਸਾਨੂੰ ਦੱਸਿਆ ਵੀ ਆ ਬੰਦੇ ਨੇ ਆ ਕੇ ਵੀ ਉਹਦੇ ਘਰ ਬੰਦੇ ਇਕੱਠੇ ਹੁੰਦੇ ਆ। ਮੈਂ ਕਿਹਾ ਸਾਡਾ ਉਹਨਾਂ ਨਾਲ ਹੈ ਹੀ ਕੋਈ ਨਹੀਂ, ਅਸੀਂ ਤਾਂ ਆਪਦੇ ਘਰ ਬੈਠੇ ਹਾਂ ਨਾ। ਮੁੜ ਕੇ ਸਾਡੇ ਕੋਲ ਆਏ ਆ 35-40 ਜਾਣੇ ਸੀਗੇ, ਸਾਡੇ ਕੋਲ ਆਏ ਆਪ ਕਹਿੰਦੇ ਤੁਸੀਂ ਇੱਥੇ ਕਿਉਂ ਬੈਠੇ ਹਾਂ। ਮਲਕੀਤ ਸਿੰਘ ਲੰਬੜਦਾਰ ਨੇ ਇਹ ਗੱਲ ਕਹੀ ਵੀ ਅਸੀਂ ਆਪਦੇ ਘਰ ਬੈਠੇ ਹਾਂ, ਤੁਹਾਨੂੰ ਤੁਹਾਡਾ ਇੰਨਾ ਕੋਈ ਅਤੇ ਇੰਨੀ ਬਸ ਗੱਲ। ਅਸੀਂ ਉੱਥੇ ਬੈਠੇ ਸੀਗੇ, ਸਾਡੇ ਤਾਂ ਉੱਥੇ ਡਾਂਗਾ ਬਣਾਉਣ ਲੱਗ ਪਏ ਆ ਅਤੇ ਕੁਰਸੀਆਂ ਵੀ ਮੇਰਾ ਖਿਆਲ ਉੱਥੇ ਟੁੱਟੀਆਂ ਪਈਆਂ ਹੋਣੀਆਂ, ਹਜੇ ਤਾਂ ਉੱਦਾਂ ਦਾ ਹੋਣਾ। ਉਹ ਹਾਲ ਕੀਤਾ ਇਹਨਾਂ ਨੇ ਗੁੰਡਾਗਰਦੀ ਦਾ ਜਿਹਦਾ ਕੋਈ ਹਿਸਾਬ ਹੀ ਨਹੀਂ ਹੈਗਾ। ਅਤੇ ਇੱਦਾਂ ਦਾ ਵੀ ਸਿਆਣਿਆ ਬੰਦਾ ਜਿਹੜਾ ਆਪਦੇ ਘਰ ਦੇ ਮੂਹਰੇ ਵੀ ਖੜ੍ਹਾ ਨਹੀਂ ਹੋ ਸਕਦਾ, ਉਹ ਹਾਲ ਹੀ ਕਰਦੇ ਆ। ਇਹ ਆ ਜੀ ਹਰਜਿੰਦਰ ਸਿੰਘ, ਇੰਦਰਜੀਤ ਆ, ਅਵਤਾਰ ਸਿੰਘ ਆ, ਇਹ ਕਾਂਗਰਸ ਦੇ ਬੰਦੇ ਆ ਜੀ ਸਾਰੇ। ਅਤੇ ਤਕਰੀਬਨ ਇਹ 35-40 ਸੀ ਜੀ ਇਹਨਾਂ ਦੇ ਵਿੱਚ ਸਾਰੇ, ਉਹ 22 ਨੇਮ ਅਸੀਂ ਪਰਚਾ ਕਰਾਇਆ ਹੋਇਆ ਜੀ ਇਹਨਾਂ ਦਾ। ਅਤੇ ਸਗੋਂ ਸਾਡੇ ਮਲਕੀਤ ਸਿੰਘ ਜਿਹੜਾ ਲੰਬੜਦਾਰ ਆ ਉਹਦੇ ਜਦੋਂ ਸਾਡੇ ਪੈਂਦੀਆਂ ਸੀ ਡਾਂਗਾਂ, ਉਹ ਅਸਲ 'ਚ ਆਪਦੇ ਘਰ ਨੱਠ ਗਿਆ ਦਵਾ ਦਾ, ਉਹਦੇ ਗੇਟ 'ਚ ਜਾਂਦੇ ਵੀ ਡੰਗ ਮਾਰੀ ਆ ਅਤੇ ਘਰ ਜਾ ਕੇ ਉਹਦੇ ਉਹਨੂੰ ਵੱਢਿਆ, ਦਫ਼ਤਰ ਉਹਦੇ ਮਾਰਿਆ, ਉਹ ਉਹਨੂੰ ਘਰ ਜਾ ਕੇ ਵੱਢਿਆ। ਉਹਦੀ 455 ਨਹੀਂ ਪੁਲਿਸ ਨੇ ਲਾਈ, ਲੇਕਿਨ ਜਿਨ੍ਹਾਂ ਦੇ ਘਰ ਉਹਨਾਂ ਦੇ ਘਰ ਤੋਂ 300 ਮੀਟਰ ਦੂਰ ਆ ਕੇ ਉਹਨਾਂ ਨੇ ਸਾਡੇ ਗਲ ਪਏ ਆ ਅਤੇ ਉਹਨਾਂ ਨੇ ਉਹਨਾਂ ਦੀ 455 ਲਾ ਦਿੱਤੀ, ਜਦੋਂ ਕਿ ਅਸੀਂ ਉਹਨਾਂ ਦੇ ਘਰ ਗਏ ਨਹੀਂ, ਸਾਨੂੰ ਪਤਾ ਨਹੀਂ ਕਿ ਅਤੇ ਉਹਨਾਂ ਦਾ ਘਰ ਤਾਂ ਅੱਗੇ ਬਣ ਦਿਆ ਵਾ ਇੱਟਾਂ ਰੂਣਾਂ 'ਤੇ, ਉਹਨਾਂ ਦੇ ਘਰ 'ਚ ਉੱਦਾਂ ਹੀ ਪਏ ਆ, ਉੱਥੇ ਤੋਂ ਰਹਿੰਦੇ ਹੀ ਨਹੀਂ ਗਏ, ਰਹਿੰਦੇ ਤਾਂ ਪਾਸੇ ਆ ਕਿਤੇ ਅਤੇ ਇੱਟਾਂ ਰੂੜਾਂ 'ਤੇ ਉਹਨਾਂ ਦੇ ਘਰ 'ਚ ਅੱਗੇ ਹੀ ਪਿਆ ਅਤੇ ਪੁਲਿਸ ਨੇ ਜਾ ਕੇ ਦੇਖ ਲਿਆ ਵੀ ਜਦੋਂ ਪਹਿਲਾਂ ਉਹ ਘਰ ਹੀ ਬਣ ਦਿਆ ਵਾ ਉੱਥੇ, ਅਤੇ ਫਿਰ ਇੱਟਾਂ ਰੂੜੇ ਅਸੀਂ ਕਾਹਦੇ ਮਾਰ ਦੇਣੇ ਸੀ। ਇਹਨਾਂ ਨੇ ਉਹ ਇੱਟਾਂ ਰੂੜੇ ਦਿਖਾ ਕੇ ਪੁਲਿਸ ਨੂੰ ਤਾਂ ਚਲੋ ਜੀ ਸਾਡੇ 'ਤੇ 455 ਲਾ ਦਿੱਤੀ ਹੈ, ਜਿਹੜੀ ਕਿ ਸਾਹਿਬ ਬਿਲਕੁਲ ਗਲਤ ਲਾਈ ਆ। ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ, ਇਹਦੀ ਸਿੱਟ ਪਵਾਉਣ, ਇਹਦੀ ਇਨਕੁਆਇਰੀ ਕਰਕੇ ਦੇਖਣ ਵੀ ਅਸੀਂ ਉੱਥੇ ਗਏ ਵੀ ਹਾਂ, ਇਹਨਾਂ ਨੇ ਬਿਲਕੁਲ ਸਾਡੇ 'ਤੇ ਜਿਹੜੀ 455 ਲਾਈ ਹੈ ਗਲਤ ਲਾਈ। ਨਾਂ ਜੀ ਸਰ ਜੀ ਹਰਜਿੰਦਰ ਸਿੰਘ, ਸਨ ਆਫ ਸੋਹਣ ਸਿੰਘ, ਮੈਂ ਪਿੰਡ ਬਾਂਬਣੀਆਂ ਦਾ ਨਿਵਾਸੀ ਹਾਂ। ਮੇਰੀ ਇੱਥੇ ਜਿੱਥੇ ਆਪਾਂ ਚੌਂਕ 'ਚ ਖੜ੍ਹੇ ਹਾਂ, ਜਿੱਥੇ ਲੜਾਈ ਹੋਈ ਆ, ਇਹਦੇ ਸਾਹਮਣੇ ਬਿਲਕੁਲ ਆ ਕੁਝ ਹੀ ਕਰਮਾਂ 'ਤੇ ਮੇਰੀ ਦੁਕਾਨ ਆ। ਮੈਂ ਸਾਰੀ ਆਪ ਜੀ ਨੂੰ ਜੋ ਸੱਚ ਇੱਥੇ ਵਾਪਰਿਆ ਉਹ ਮੈਂ ਦੱਸਾਂਗਾ। ਸਰਦਾਰ ਸੁਖਦੇਵ ਸਿੰਘ ਜੀ ਢੋਡ ਸਾਹਿਬ ਔਰ ਮਲਕੀਤ ਸਿੰਘ ਜੀ ਲੰਬੜਦਾਰ, ਬਚਨ ਲਾਲ ਜੀ ਸਾਬਕਾ ਸਰਪੰਚ, ਜੋ ਕਿ ਆਹ ਜੋ ਜਗ੍ਹਾ ਹੈ ਬਿਲਕੁਲ ਜਿੱਥੇ ਆਪਾਂ ਖੜ੍ਹੇ ਹਾਂ, ਇੱਥੇ ਬੈਠੇ ਸੀ। ਕੋਈ ਆਪਣੀ ਹੀ ਘਰੇਲੂ ਗੱਲਬਾਤ ਉਹਨਾਂ ਦੀ ਚੱਲਦੀ ਸੀ। ਗੱਲਬਾਤ ਚੱਲਦਿਆਂ 50-60 ਬੰਦਿਆਂ ਦਾ ਝੁੰਡ, ਜੋ ਕਿ ਸਾਹਮਣੇ ਹਰਜਿੰਦਰ ਸਿੰਘ ਸਾਬਕਾ ਲੰਬੜਦਾਰ ਉਹਨਾਂ ਦੇ ਘਰ ਦੇ ਵਿੱਚੋਂ ਤੇਜ਼ ਹਥਿਆਰਾਂ ਨਾਲ ਲੈਸ ਹੋ ਕੇ ਉਹ ਬੰਦੇ ਇੱਥੇ ਆਏ
ਜਿਨ੍ਹਾਂ ਦੇ ਵਿੱਚ ਮੇਨ ਮੇਨ ਬੰਦੇ ਜਿਹੜੇ ਆ ਹਰਜਿੰਦਰ ਸਿੰਘ, ਉਹਨਾਂ ਦਾ ਲੜਕਾ ਕਸ਼ਮੀਰ ਸਿੰਘ ਔਰ ਸੁਖਵੀਰ ਸਿੰਘ, ਕਮਲਜੀਤ ਔਰ ਇੰਦਰਜੀਤ, ਬਿੱਟੂ ਸ਼ਾਹ ਜੀ ਜੋ ਕਿ ਇਸ ਟਾਈਮ ਸਰਪੰਚ ਬਣੇ, ਗੁਰਮੀਤ ਸਿੰਘ ਬੱਬੂ, ਉਹ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ, ਬਖਤਾਵਰ ਸਿੰਘ, ਹੋਰ ਬਹੁਤ ਸਾਰੇ ਜਿਹੜੇ ਬੰਦੇ ਸੀਗੇ, ਤਕਰੀਬਨ ਗਿਣਤੀ 50-60 ਦੇ ਕਰੀਬ ਸੀ ਜੋ ਇੱਥੇ ਆ ਕੇ ਇਹ ਆਪਣੇ ਆਪ 'ਚ ਗੱਲਾਂ ਬਾਤਾਂ ਕਰ ਰਹੇ ਆ ਤਿੰਨੇ ਜਣੇ। ਇਹਨਾਂ ਨੇ ਆ ਕੇ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਇੰਨਾ ਕੁੱਟਿਆ, ਡਾਂਗਾਂ ਸੋਟਿਆਂ ਔਰ ਤੇਜ਼ ਹਥਿਆਰਾਂ ਦੇ ਨਾਲ ਜੋ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਸੀ, ਕਿਰਪਾਨਾਂ, ਗੜਾਸੇ, ਡਾਂਗਾਂ। ਵਜ੍ਹਾ ਇੱਕੋ ਹੀ ਆ ਜੀ, ਕਿਉਂਕਿ ਅਸੀਂ ਸਰਕਾਰ ਦੇ ਉਲਟ 'ਚ ਹਾਂ, ਅਸੀਂ ਅਕਾਲੀ ਦਲ ਨਾਲ ਬਿਲੋਂਗ ਕਰਦੇ ਹਾਂ, ਸਿਰਫ ਇੱਕ ਸਾਡੇ 'ਤੇ ਦਬਾਅ ਪਾਉਣਾ ਚਾਹੁੰਦੇ ਆ ਵੀ ਇਹ ਜਿਹੜੇ ਆ ਇਹ ਸਾਡੇ ਨਾਲ ਆ ਕੇ ਰਲ ਜਾਣ, ਹਾਂਜੀ ਕਾਂਗਰਸ 'ਚ ਰਲ ਜਾਣ, ਬਸ ਇਹੀ ਇਹਨਾਂ ਦਾ ਮਕਸਦ ਆ। ਔਰ ਅਸੀਂ ਪਿੰਡ ਦੇ ਵਿੱਚ ਜੋ ਐਤਕੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੇ ਮਨਜੀਤ ਸਿੰਘ ਜੀ ਮੈਂਬਰ ਪੰਚਾਇਤ ਔਰ ਮੈਂ ਸੁਖਵਿੰਦਰ ਸਿੰਘ ਜੀ ਸਾਬਾ ਲੰਬੜਦਾਰ, ਅਸੀਂ ਸਰਬਸੰਮਤੀ ਕਰਾਈ ਆ ਵੀ ਗਾਂ ਜੋ ਪਿੰਡ ਦੇ ਵਿੱਚ ਟਸਲਬਾਜ਼ੀ ਚੱਲਦੀ ਆ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਨੂੰ ਆਪਾਂ ਖਤਮ ਕਰੀਏ। ਉੱਧਰ ਦੂਸਰੇ ਪਾਸੇ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਅਕਾਲੀ ਵਰਕਰ ਜਾਣਬੁੱਝ ਕੇ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜੋ ਕਿ ਆਉਂਦੇ ਜਾਂਦੇ ਲੋਕਾਂ ਨੂੰ ਟਿੱਚਰਾਂ ਮਾਰਦੇ ਹਨ। ਉਹਨਾਂ ਅਕਾਲੀ ਵਰਕਰਾਂ 'ਤੇ ਉਹਨਾਂ ਉੱਪਰ ਹਮਲਾ ਕਰਨ ਦੇ ਦੋਸ਼ ਲਗਾਏ। ਮੇਰਾ ਨਾਂ ਕਸ਼ਮੀਰ ਨੰਡਾ ਜੀ, ਮੈਂ ਬਲਾਕ ਸੰਮਤੀ ਮੈਂਬਰ, ਪਿੰਡ ਮੇਰਾ ਬਾਹਵੀਂ ਆ ਅਤੇ ਮੈਂ ਬਲਾਕ ਸੰਮਤੀ ਮੈਂਬਰ ਹਾਂ। ਸਾਡੀ ਗੱਲ ਇਸ ਤਰ੍ਹਾਂ ਹੋਈ ਆ ਵੀ ਇੱਥੇ ਸੁਸਾਇਟੀ ਦੀਆਂ ਦੁਕਾਨਾਂ ਵਾਂ, ਉੱਥੇ ਆਣ ਕੇ ਮੁੰਡੇ ਖਲੋਂਦੇ ਆ, ਬੰਦੇ ਬਹਿੰਦੇ ਆਣ ਕੇ, ਜਦੋਂ ਕੋਈ ਉੱਥੋਂ ਕੋਈ ਲੰਘਦੇ ਆ ਜਿੱਦਾਂ ਉਹਨਾਂ ਨੂੰ ਯਾਨੀ ਕਿ ਇਹ ਵੱਧ ਘੱਟ ਬੋਲਦੇ ਆ ਅਤੇ ਟਾਂਚਾ ਲਾ ਲਾ ਗੱਲਾਂ ਕਰਦੇ ਉਹਨਾਂ ਨੂੰ ਯਾਨੀ ਕਿ, ਅਤੇ ਸਾਡਾ ਅੱਗੇ ਵੀ ਇਸੇ ਗੱਲ ਤੋਂ ਇੱਥੇ ਵਿਵਾਦ ਹੋ ਚੁੱਕਾ ਵਾ। ਅੱਜ ਇਹ ਮੇਰੇ ਸਾਹ 8ਵੇਂ ਮਹੀਨੇ ਦੀ ਕੁਛ 20 ਤਰੀਕ ਦੇ ਸ਼ਾਇਦ ਏੜ ਗੇੜ ਯਾਨੀ ਕਿ ਵਿਵਾਦ ਹੋ ਚੁੱਕਾ ਵਾ, 2018 ਦੇ ਵਿੱਚ ਵਿਵਾਦ ਹੋ ਚੁੱਕਾ। ਉਹਦਾ ਸਾਡਾ ਥਾਣੇ ਬਹਿ ਕੇ ਫੈਸਲਾ ਹੋਇਆ, ਇਹਨਾਂ ਬੰਦਿਆਂ ਨੇ ਉੱਥੇ ਉਦੋਂ ਦਾਰੂ ਪੀ ਕੇ ਸਾਡੇ ਬੰਦਿਆਂ ਨਾਲ ਇਹਨਾਂ ਨੇ ਲੜਾਈ ਕੀਤੀ ਆ ਅਤੇ ਮੇਰੇ ਪੋਸਟਰ ਲੱਗੇ ਹੋਏ ਸੀਗੇ ਅਤੇ ਇਹਨਾਂ ਨੇ ਮੇਰੇ ਪੋਸਟਰ ਪਾੜੇ, ਇਸ ਗੱਲੋਂ ਵਿਵਾਦ ਹੋਇਆ। ਅਸੀਂ ਫਿਰ ਥਾਣੇ ਜਿਹੜਾ ਵਾ ਇਹਦੀ ਦਰਖਾਸਤ ਦਿੱਤੀ, ਉੱਥੇ ਸਾਰੀ ਪੰਚਾਇਤ ਗਈ, ਪਿੰਡ ਦੇ ਮੋਹਤਵਾਰ ਬੰਦੇ ਗਏ ਆ, ਉੱਥੇ ਫੈਸਲਾ ਹੋਇਆ, ਉੱਥੇ ਇਹਨਾਂ ਨੇ ਗਲਤੀ ਮੰਨੀ ਆ ਵੀ ਸਾਡੇ ਕੋਲ ਗਲਤੀ ਹੋ ਗਈ ਆ ਤਾਂ ਦੁਬਾਰਾ ਜਿਹੜਾ ਵਾ ਇਹ ਇੱਦਾਂ ਦੀ ਗਲਤੀ। ਚਲੋ ਇਹਨਾਂ ਨੇ ਬਾਅਦ ਦੇ ਵਿੱਚ ਕਹਿੰਦੇ ਇਹਨਾਂ ਨੇ ਬੰਦੇ ਇਕੱਠੇ ਕੀਤੇ ਆ, ਬੰਦੇ ਇਕੱਠੇ ਕਰਕੇ ਅਤੇ ਇਹਦਾ ਰੌਲਾ ਪਾਉਂਦੇ ਆ ਰਹੇ ਆ, ਅਤੇ ਅਸੀਂ ਮੈਂ ਤਾਂ ਅੰਦਰ ਸੀਗਾ ਉਹ ਅਸੀਂ ਰੌਲਾ ਸੁਣ ਕੇ ਜਦੋਂ ਬਾਹਰ ਨੂੰ ਆਏ ਹਾਂ ਇੱਧਰ ਨੂੰ ਇੱਥੇ ਆਏ, ਅਸੀਂ ਆਪਦੇ ਗੇਟ ਦੇ ਵਿੱਚ ਦੇ ਇਹਨਾਂ ਨੇ ਸਾਡੇ ਉੱਤੇ ਇੱਟਾਂ ਰੋੜਿਆਂ ਦਾ ਜਿਹੜਾ ਪਥਰਾਅ ਕਰ ਦਿੱਤਾ ਵਾ, ਅਸੀਂ ਭੱਜ ਕੇ ਪਰਾਂ ਨੂੰ ਜਿੱਦਾਂ ਆਪਦੇ ਘਰ ਵੱਲ ਨੂੰ ਪਰੇ ਨੂੰ ਭੱਜ ਗਏ ਆ, ਅਤੇ ਉੱਧਰੋਂ ਮੇਰੀ ਮਦਰ ਜਿਹੜੇ ਆ ਇਹ ਉੱਧਰੋਂ ਆਏ, ਪਤਾ ਨਹੀਂ ਕੀ ਗੱਲ ਹੋ ਗਈ ਜਾਂ ਕਿੱਦਾਂ ਵਾ, ਇਹ ਵੀ ਉੱਥੇ ਹੱਥੋਂ ਇਹ ਆਣ ਕੇ ਇਹਨਾਂ ਨੇ ਗੰਡਾਸਿਆਂ ਦੇ ਨਾਲ ਕਰਕੇ ਸਾਡੇ ਉੱਤੇ ਵਾਰ ਕਰ ਦਿੱਤਾ ਵਾ, ਅਤੇ ਉੱਥੇ ਹੱਥੋਂ ਪਾਈ ਹੋ ਪਏ ਆ, ਅਤੇ ਮੇਰੀ ਮਦਰ ਆਏ, ਅਸੀਂ ਉੱਧਰੋਂ ਜਦੋਂ ਆਏ ਹਾਂ ਇਹਨਾਂ ਨੇ ਛਡਾਉਣ, ਇਹਨਾਂ ਦੇ ਵੀ ਸੱਟ ਵੱਜੀ ਆ ਮੇਰੀ ਮਦਰ ਦੇ, ਅਤੇ ਇੱਕ ਮੇਰੇ ਬਖਤਾਵਰ ਸਿੰਘ ਆ ਮੇਰੇ ਤਾਇਆ ਜੀ ਦਾ ਲੜਕਾ ਵਾ ਉਹਨਾਂ ਦੇ, ਇੱਕ ਜਸਵਿੰਦਰ ਸਿੰਘ ਆ ਇਹ, ਹਾਂਜੀ ਆਹ ਅਵਤਾਰ ਬਖਤਾਵਰ ਸਿੰਘ ਇੱਧਰ ਜਸਵਿੰਦਰ ਸਿੰਘ। ਪੁਲਿਸ ਨੇ ਹੁਣ ਉਹ ਆਪਦੀ ਕਾਰਵਾਈ ਤਫਤੀਸ਼ ਜਿਹੜੀ ਉਹ ਕਰ ਰਹੀ ਆ, ਕਾਰਵਾਈ ਕਰ ਰਹੀ ਆ ਪੁਲਿਸ, ਠੀਕ ਨਹੀਂ, ਉਹ ਤਾਂ ਜੋ ਸਾਨੂੰ ਇਨਸਾਫ਼ ਚਾਹੀਦਾ, ਸਾਡੇ ਘਰ ਆਣ ਕੇ ਹਮਲਾ ਕੀਤਾ ਗਿਆ ਵਾ, ਅਤੇ ਇੱਕ ਸਾਡਾ ਬੱਚਾ ਸੀਗਾ 11 ਸਾਲ ਦਾ ਬੱਚਾ ਵਾ, ਉਹ ਮੇਰਾ ਯਾਨੀ ਕਿ ਭਤੀਜਾ ਹੀ ਸਾਡਾ, ਸਾਡੇ ਰੈਲੇਟਿਵ, ਉਹ ਮੇਰਾ ਭਤੀਜਾ ਹੀ ਲੱਗਦਾ ਵਾ ਉਹ ਬੱਚਾ, ਤਾਂ ਮੇਰਾ ਬੇਟਾ ਵਾ, ਮੇਰਾ ਬੇਟਾ ਗਰਸ਼ਾਨ ਸਿੰਘ ਆ, ਅਤੇ ਉਹ ਖੇਡ ਰਹੇ ਸੀਗੇ ਜੀ ਪਰੇ ਜਿੱਦਾਂ, ਹੈ ਨਾ, ਅਤੇ ਉਹਨਾਂ ਨੇ ਉਹਨਾਂ 'ਤੇ ਵੀ ਵਾਰ ਕੀਤਾ, ਬੱਚੇ 'ਤੇ ਵੀ ਸੱਟ ਲੱਗੀ। ਇੱਥੇ ਗੱਲ ਹੋਈ ਹੈ, ਕਾਫੀ ਟਾਈਮ ਤੋਂ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਵੀ ਚੌਂਕ 'ਚ ਬਹਿੰਦੇ ਆ, ਕਿਉਂਕਿ ਚੌਂਕ ਦੇ ਵਿੱਚ ਕਰਿਆਨੇ ਦੀ ਦੁਕਾਨ ਆ, ਇੱਥੇ ਡੇਅਰੀ ਆ, ਜੋ ਵੀ ਲੋਕ ਆਉਂਦੇ ਆ ਦੁੱਧ ਲੈਣ ਆਉਂਦੇ, ਕੋਈ ਸੌਦਾ ਲੈਣ ਆਉਂਦੇ ਆ, ਇਹ ਹਰ ਵਕਤ ਟਿੱਚਰ ਮਜ਼ਾਕ ਕਰਦੇ ਆ, ਉਹ ਵੀ ਸਾਨੂੰ ਸ਼ਿਕਾਇਤਾਂ ਦਿੰਦੇ ਆ। ਇਹ ਅਸੀਂ ਜਦੋਂ ਸਾਨੂੰ ਸ਼ਿਕਾਇਤ ਆਈ, ਟੈਲੀਫੋਨ ਆਇਆ ਮੈਨੂੰ ਵੀ ਆ ਕੇ ਦੇਖ ਲਾ ਵੀ ਆ ਕੇ ਬੈਠੇ ਆ ਇਹ, ਜਦੋਂ ਮੈਂ ਇਹਦੇ ਲੜਕੇ ਨੂੰ ਫੋਨ ਕੀਤਾ, ਮੈਂ ਕਿਹਾ ਤਾਂ ਡੈਡੀ ਉੱਥੇ ਬੈਠਾ ਅਤੇ ਹਟਾ ਉਹਨੂੰ, ਕਿ ਉਹ ਕਹਿੰਦਾ ਵੀ ਮੈਂ ਜਾਂਦਾ ਹੁਣੇ, ਉਹ ਵੀ ਆਇਆ, ਇਹਨਾਂ ਨੇ ਉਹਨੂੰ ਭਜਾ ਦਿੱਤਾ ਵੀ ਤੂੰ ਜਾ, ਅਸੀਂ ਬਹਿਣਾ ਬਹਿਣਾ, ਫਿਰ ਅਸੀਂ ਆਏ ਹਾਂ ਮੈਂ ਤਾਂ ਭਾਅ ਜੀ ਦੋਨੇ ਜਣੇ ਵੀ ਤੁਸੀਂ ਕਿਉਂ ਬੈਠੇ ਇੱਥੇ, ਇਹ ਸਾਨੂੰ ਵੀ ਗਲੀ ਗਲੋਚ ਕੀਤਾ। ਬਾਅਦ ਵਿੱਚ ਮੈਂ ਸਰਪੰਚ ਇਹਨਾਂ ਸਾਰਿਆਂ ਨੂੰ ਨਾਲ ਲੈ ਗਿਆ, ਮੈਂ ਕਿਹਾ ਇਹਨਾਂ ਮਿਹਨਤ ਦਾ ਕੀਤਾ ਸੀ, ਇਹ ਨਹੀਂ ਹਟੇ, ਅਸੀਂ ਘਰ ਨੂੰ ਵਾਪਸ ਆ ਗਏ ਹਾਂ, ਪਤਾ ਨਹੀਂ ਕਿੰਨੇ ਕੁ ਬੰਦੇ ਸੱਦ ਲਏ ਜਾ ਕੇ ਇੱਟਾਂ ਰੋੜੇ ਚਲਾਉਣ ਲੱਗ ਪਿਆ ਗਏ, ਇਹ ਤੇਜ਼ ਤਾਂ ਹਥਿਆਰ ਵੀ, ਡੰਡੇ ਵੀ, ਸਾਰਾ ਕੁਛ ਸੀ ਇਹਨਾਂ ਕੋਲ, ਆਹ ਮੇਰੀਆਂ ਦੋ ਉਂਗਲਾਂ ਵੱਢੀਆਂ ਇਹਨਾਂ ਨੇ, ਆਹ ਮੇਰਾ ਹੱਥ ਤੋੜਿਆ ਇਹਨਾਂ ਨੇ। ਇਸ ਪੂਰੇ ਮਾਮਲੇ ਸੰਬੰਧੀ SHO ਪਵਿੱਤਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਲੜਾਈ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਵਾਂ ਧਿਰਾਂ ਸਿਰ ਮਾਮਲਾ ਦਰਜ ਕਰਕੇ ਬਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹ ਇਹ ਨੋਟਿਸ 'ਚ ਹੈ ਵੀ ਬਾਮਣੀਆਂ ਪਿੰਡ 'ਚ ਕੋਆਪਰੇਟਿਵ ਸੁਸਾਇਟੀ ਹੈ, ਉੱਥੇ ਕੁਛ ਬੈਠਣ ਵਾਸਤੇ ਓਪਨ ਏਰੀਏ 'ਚ ਗਲੀ 'ਚ ਕੁਰਸੀਆਂ ਡਾਊਨ ਡਾ ਕੇ ਬੈਠਣ ਵਾਸਤੇ ਪੰਚਾਇਤ ਕਹਿੰਦੀ ਵੀ ਪਹਿਲਾਂ ਅਸੀਂ ਕੁਛ ਮਨਾ ਕੀਤਾ ਸੀਗਾ ਵੀ ਇੱਥੋਂ ਦੀ ਲੋਕ ਲੰਘਦੇ ਆ,
ਲੇਡੀਜ਼ ਲੰਘਦੀਆਂ ਅਤੇ ਤੁਸੀਂ ਇਸ ਤਰ੍ਹਾਂ ਓਪਨ ਜਗ੍ਹਾ 'ਤੇ ਨਾ ਬੈਠੋ, ਪ੍ਰੋਬਲਮ ਆਉਂਦੀ ਹੈ। ਇਸ ਚੀਜ਼ ਨੂੰ ਲੈ ਕੇ ਤਕਰਾਰਬਾਜ਼ੀ ਇਹਨਾਂ ਦੀ ਵੱਧ ਗਈ ਅਤੇ ਇਹ ਲੜਾਈ ਝਗੜਾ ਜਿਹੜਾ ਹੋ ਗਿਆ। ਦੋਨਾਂ ਪਾਰਟੀਆਂ ਦੇ ਸੱਟਾਂ ਲੱਗੀਆਂ ਅਤੇ ਦੋਨੇ ਹੀ ਐਡਮਿਟ ਹੋਏ ਹੋਸਪਿਟਲ। ਦੋਨਾਂ ਵੱਲੋਂ ਮੁਕੱਦਮਾ ਦਰਜ ਹੈ, ਮੁਕੱਦਮਾ ਨੰਬਰ 52-3-4-19। ਇਹ ਮੁਕੱਦਮਾ ਆਲਰੇਡੀ ਰਜਿਸਟਰਡ ਹੋ ਚੁੱਕਾ ਦੋਨਾਂ ਪਾਰਟੀਆਂ ਵੱਲੋਂ। 10 ਬੰਦੇ 'ਚ ਜ਼ਖਮੀ ਸੀ, ਦੋਨਾਂ ਪਾਰਟੀਆਂ ਦੇ 5-5 ਬੰਦੇ ਐਡਮਿਟ ਹੋਏ ਸੀਗੇ। ਅਤੇ ਇੱਕ ਪਾਸਿਓਂ ਇੰਦਰਜੀਤ ਵਾਲੇ ਬਿਆਨ 'ਚ ਉਹਨਾਂ ਨੇ 13 ਬੰਦਿਆਂ ਦੇ ਅਗੇਂਸਟ ਲਿਖਾਇਆ ਅਤੇ ਬਚਨ ਲਾਲ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਨੇ 33 ਬੰਦਿਆਂ ਦੇ ਖਿਲਾਫ਼ FIR ਲੌਂਚ ਕਰਾਈ।